ਸ਼ੇਵ ਕਰਾਈ ਥੋੜਾ ਜਿਹਾ ਫੈਟ ਚੜਾਈ ਚਿਹਰੇ ਤੇ ਫਿਰ ਮੈਂ ਬਾਲ ਵੀ ਕਟੀਆਂ ਮਤਲਬ ਕਿ ਮੈਨੂੰ ਪਰਸਨਲੀ ਵੀ ਨਹੀਂ ਲੋਕ ਪਛਾਣਦੇ ਕਿ ਯਾਰ ਸ਼ਾਇਦ ਇਹੀ ਪਰਦੇਸ਼ ਵਾਲਾ ਹੈ ਤੇ ਇਹੀ ਮਤਲਬ ਕਿ ਰਾਈਟਰ ਹੈ ਉਹਦਾ ਉਹ ਰੈਬੀ ਦਾ ਮੈਂ ਕਦੇ ਦੇਣੀ ਦੇ ਸਕੂੰਗਾ ਕਿ ਰੈਬੀ ਨੇ ਮੈਨੂੰ ਸਿਖਾਇਆ ਕਿ ਲਿਖਣਾ ਕੀ ਹੁੰਦਾ ਮੈਂ ਉਹਨਾਂ ਨੇ ਮੈਨੂੰ ਦੱਸਿਆ ਨਾ ਵੀ ਰੈਬੀ ਬਾਈ ਨੇ ਕਿ ਵੀ ਆ ਕਿਤਾਬ ਪੜੋ ਆ ਇਦਾਂ ਹੁੰਦਾ ਆ ਚੀਜ਼ ਐਦਾਂ ਹੁੰਦੀ ਉਹ ਜਿੰਨਾਂ ਨੇ ਦੇਖਿਆ ਹੁਣ ਜਾਦੀ ਹੋਣਾ ਹੈ ਨਾ ਉਹ ਕਿਸੇ ਕਿਲੇ ਦਾ ਕਿ ਐ ਵੀ ਪਰਸਨਲੀ ਮੈਨੂੰ ਕਦੇ ਵੀ ਇਸ ਚੀਜ਼ ਨੂੰ ਲੈ ਕੇ ਨਹੀਂ ਕਦੇ ਆਇਆ ਜੀ ਕਿਉਂਕਿ ਬੇਸਿਕਲੀ ਉਦੋਂ ਪਹਿਲਾਂ ਮੈਂ ਐਜ਼ ਏ ਲਿਰਿਕਸ ਟਰਾਈਟਰ ਸੀਗਾ ਜੀ ਮੇਰੇ ਜਦੋਂ ਕਸੂਤੀ ਡਿਗਰੀ ਸੀ ਲਿਖ ਰੇ ਸੀਗੇ ਤਾਂ ਉਦੋਂ ਰੈਪ ਵੀ ਕਿਹਾ ਵੀ ਇੱਕ ਬੋਲੀਆਂ ਚਾਹੀਦੀਆਂ ਨੇ ਹੋਸਟਲ ਤੇ ਵੀ ਇਧਰੋਂ ਮੁੰਡੇ ਹੋਸਟਲ ਤੇ ਬੋਲੀ ਪਾਉਣਗੇ ਤਾਂ ਸਾਹਮਣੋਂ ਰਿਪਲਾਈ ਆਊਗਾ ਹੁਣ ਬੋਲੀਆਂ ਦੇ ਵਿੱਚ ਤਾਂ ਇੱਕ ਤਾਂ ਜੇ ਆਪਾਂ ਕਹਿ ਚਾਹੀਏ ਜੋ ਪੰਜਾਬੀ ਲੋਕ ਬੋਲੀ ਆ ਤੇ ਮੁੰਡਿਆਂ ਦੀ ਵੀ ਬੇਇੱਜ਼ਤੀ ਕੀਤੀ ਤਾਂ ਕੁੜੀਆਂ ਨੇ ਬਰਾਬਰ ਕੀਤੀ ਤੇ ਇੱਕ ਬੋਲੀ ਪੈ ਜੂਏ ਫਿਰ ਉਹ ਸੀ ਜਿਹੜੋ ਸਟਾਰਟਿੰਗ ਸੀ ਕਹਿੰਦਾ ਉਹ ਕਰਨੀ ਕੀ ਗੱਲ ਤੁਹਾਡੇ ਬੂਜਣਾ ਦੇ ਨਾਲ ਤੁਸੀਂ ਚਾਰ ਚਾਰ ਵੀਕ ਨਾ ਨਹਾਉਣੇ ਹੋ ਮਾਰਦਾ ਮੁਸ਼ਕ ਖੁੱਲੇ ਘਟਰ ਦੇ ਵਾਂਗੂ ਫਿਰ ਡੀਓ ਦੀਆਂ ਸ਼ੀਸ਼ੀਆਂ ਮਕਾਉਣੇ ਹੋ ਉਹ ਗੱਡੀ ਲੰਗਿਆ ਕਰੂਗੀ ਸਾਡੀ ਰਾਜਿਆਂ ਦੇ ਵਾਂਗੂ ਤੂੰ ਪਰਚੀ ਘਟਿਆ ਕਰੇਗੀ ਜਦੋਂ ਟੋਲਤੇ ਸਭ ਨੂੰ ਪਿਆਰੀ ਸਾਸਤ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸਟੇਸ਼ਨ ਤੇ ਮੈਂ ਕਮਲਦੀਪ ਸਿੰਘ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜੀ ਭਿੰਦੀ ਟੋਲੇ ਵਾਲ ਬਾਈ ਦੇ ਨਾਲ ਪਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲੇ ਪੰਜਾਬੀ ਟਿਵਿਸੀ। ਥੈਂਕ ਯੂ ਭਾਈ ਜੀ ਤੁਹਾਡਾ ਜੀ ਤੇ ਬਾਕੀ ਦੂਰੋਂ ਨੇੜੇ ਦੇਖਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੇ ਪਾਜੀ ਇਹ ਯਾਰ ਜਿਗਰੀ ਕਿਸੁੱਤੀ ਡਿਗਰੀ ਕਿਉਂ ਲਿਖਣੀ ਪੈਗੀ ਤੁਹਾਨੂੰ? ਅ ਦੇਖੋ ਜੀ ਚਲੋ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਕਿੱਥੇ ਜਾਣਾ ਕਿਹੜਾ ਖਾਣਾ ਖਾਣਾ ਆਪਾਂ ਨਾ ਜੀ। ਸੋ ਮਤਲਬ ਇਦਾਂ ਸੀਗਾ ਕਿ ਅ ਪਿੱਛੇ ਜੀ ਕਿਉਂਕਿ ਵੀ ਜਿੰਨੀ ਕਿ ਸਾਡੀ ਟੀਮ ਜੁੜੀ ਹੋਈ ਸੀਗੀ ਕਿਸੂਤੇ ਡਿਗਰੀ ਦੇ ਨਾਲ ਨਾ ਚਾਹੇ ਉਹ ਪਵਨ ਹੋਵੇ ਚਾਹੇ ਆਪਣਾ ਅੰਬੀ ਹੋਵੇ ਜੀ ਚਾਹੇ ਸੁਖਚੈਨ ਹੋਵੇ ਮਤਲਬ ਕਿ ਮੋਸਟਲੀ ਮੇਰੇ ਫਰੈਂਡ ਸਰਕਲ ਚੋਂ ਸੀਗੇ ਤਾਂ ਜਦੋਂ ਫਰਸਿਜਨ ਆਇਆ ਤੇ ਫਰਸਿਜਨ ਤੋਂ ਬਾਅਦ ਰੈਬੀ ਨੇ ਕਿਹਾ ਵੀ ਮੈਨੂੰ ਰਾਈਟਰ ਚਾਹੀਦੇ ਨੇ ਸੋ ਤਾਂ ਕਰਕੇ ਬਾਈ ਨੇ ਅਪਰੋਚ ਕੀਤੀ ਜੀ ਫਿਰ ਅਸੀਂ ਮਤਲਬ ਕਿ ਮੈਂ ਸੈਕੰਡ ਸੀਜ਼ਨ ਦਾ ਹਿੱਸਾ ਬਣੇ ਦੀ ਤੇ ਫਿਰ ਜਦੋਂ ਤੁਹਾਨੂੰ ਕਾਲ ਆਈ ਚਾ ਚੜ ਗਿਆ ਇਕ ਤਾਂ ਹਾਂ ਮਤਲਬ ਇਹ ਸੀਗਾ ਕਿ ਪਹਿਲਾਂ ਸੀ ਜਾਰਜ ਗ੍ਰੀਗ ਸੁੱਤੀ ਡਿਗਰੀ ਦੇ ਸੀਜ਼ਨ 2 ਤੋਂ ਪਹਿਲਾਂ ਸਾਡੀ ਇੱਕ ਵੈਬ ਸੀਰੀਜ਼ ਆ ਚੁੱਕੀ ਆ ਚਾਰ ਐਪੀਸੋਡ ਸੀਗੇ ਜੀ ਮਿੰਨੀ ਵੈਬ ਸੀਰੀਜ਼ ਕਹਿ ਸਕਦਾ ਨੂੰ ਹਾਊ ਟੂ ਬੀ ਅ ਹਿੱਟ ਪੰਜਾਬੀ ਸਿੰਗਰ ਹਾਂਜੀ 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 ਅੱਛਾ ਉਹ ਤੁਸੀਂ ਸੀਗੀ ਤੁਸੀਂ ਲਿਖੀ ਹੋਈ ਸੀਗੀ ਉਹ ਪਹਿਲਾਂ ਹਾਂਜੀ ਹਾਂਜੀ ਉਹ ਲਿਖੀ ਵੀ ਸੀ ਤੇ ਉਹਦੇ ਚ ਕੈਰੈਕਟਰ ਵੀ ਸੀਗਾ ਕਿਸੇ ਕਿਰਦਾਰ ਦੀ ਤੇ ਫਿਰ ਤੁਹਾਨੂੰ ਕਿਸੇ ਨੇ ਫੜਿਆ ਨਹੀਂ ਆ ਕਿ ਸਿੰਗਰ ਨੇ ਜਦੋਂ ਤੁਸੀਂ ਮੈਨੂਅਲ ਚਿੱਤਾ ਆ ਗਿਆ ਨਾ ਸੀਨ ਹੈ ਹਾਊ ਟੂ ਬੀ ਅ ਹਿੱਟ ਪੰਜਾਬੀ ਸਿੰਗਰ ਉਹ ਤਾਂ ਤੁਸੀਂ ਕੀ ਕਹਿ ਸਕਦੇ ਹੋ ਵੀ ਅਬਜ਼ਰਵੇਸ਼ਨ ਇਹ ਆਪਾਂ ਕਹਿ ਸਕਦੇ ਮੈਨੂੰ ਬਰਡ ਨਹੀਂ ਆ ਰਿਹਾ ਵੀ ਉਹ ਤਾਂ ਤੁਸੀਂ ਖੂਬ ਹੂ ਆਪਾਂ ਕਹਿ ਸਕਦੇ ਵੀ ਕੱਢ ਦਿੱਤੀ ਹੈ ਜੀ ਜਿਆ ਸਾ ਇੱਕ ਤਾਂ ਹੁੰਦਾ ਨਾ ਵੀ ਲਾ ਕੇ ਗੱਲ ਕਹੀ ਹੈ ਨਾ ਚਲੋ ਗੱਲ ਕਹੀ ਨਹੀਂ ਤੁਹਾਡਾ ਵੀ ਇਹ ਜੋਨਾ ਲਾ ਵੀ ਟੈਲੈਂਟ ਹੈ ਵੀ ਬੰਦੇ ਦਾ ਵੀ ਸਪਸ਼ਟ ਹੈਗਾ ਵੀ ਕਿਹਦੀ ਗੱਲ ਕਰਦੇ ਮੈਂ ਕਿਸੇ ਨੇ ਕਿਹਾ ਨਹੀਂ ਤੁਹਾਨੂੰ ਨਹੀਂ ਦੇਖੋ ਗੱਲ ਤਾਂ ਦੇਖੋ ਇਹ ਹੈ ਜੀ ਕਿ ਉਹ ਕਹਿੰਦੇ ਹੁੰਦੇ ਨਾ ਕਿ ਜਦੋਂ ਕਿਸੇ ਨੂੰ ਆਪਣਾ ਮੈਡੀਸਿਨ ਦੇਣੀ ਆ ਤਾਂ ਨਾਲ ਨਾ ਮਿੱਠਾ ਕੁਝ ਦੇਣਾ ਜ਼ਰੂਰੀ ਆ ਸੋ ਮਤਲਬ ਸਾਦਾ ਉਵੇਂ ਦਾ ਸੀਗਾ ਕਿ ਵੀ ਅਸੀਂ ਜੇ ਸਟਾਇਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਕਿਸੇ ਨੂੰ ਲਾ ਲਾ ਕੇ ਨਹੀਂ ਗੱਲ ਕਹੀ ਹੈ ਨਾ ਜੋ ਸਾਨੂੰ ਲੱਗਦਾ ਜੋ ਆਡੀਅנס ਨੂੰ ਲੱਗਦਾ ਅਸੀਂ ਉਹ ਬਾਹਰ ਕੱਢ ਕੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੋ ਮਤਲਬ ਜਦੋਂ ਅਸੀਂ ਹਿੱਟ ਸਿੰਗਰ ਲਿਖ ਰਹੇ ਸੀ ਸਾਨੂੰ ਉਦੋਂ ਮਤਲਬ ਕਿ ਇੱਕ ਵਾਰ ਵੀ ਦਿਲ 'ਚ ਡਰ ਨਹੀਂ ਸੀਗਾ ਕਿ ਵੀ ਕੋਈ ਸਿੰਗਰ ਸਾਨੂੰ ਇਸ ਚੀਜ਼ ਨੂੰ ਜਾਂ ਗਲਤ ਲੈ ਜਾਊ ਸੋ ਚੰਗੀ ਗੱਲ ਉਹਨਾਂ ਦੀ ਵੀ ਆ ਦੇਖੋ ਸੈਨਸਿਟੀਵਿਟੀ ਤਾਂ ਹੁਣ ਬਹੁਤ ਜ਼ਰੂਰੀ ਆ ਨਾ ਮੀਡੀਆ ਉਦੋਂ ਹੀ ਆਜ਼ਾਦ ਸੋਹਣਾ ਲੱਗਦਾ ਜਾਂ ਉਦੋਂ ਹੀ ਕ ਹੋਵੇ ਤਾਂ ਸਾਡੇ ਕੋਲੇ ਜੇ ਅਸੀਂ ਕੁਝ ਕਰ ਰਹੇ ਹਾਂ ਕੁਝ ਨਵਾਂ ਲੈ ਕੇ ਆ ਰਹੇ ਹਾਂ ਤਾਂ ਸਭ ਤੋਂ ਚੰਗੀ ਗੱਲ ਹੈ ਕਿ ਅਸੀਂ ਕੱਢਣ ਦੀ ਕੋਸ਼ਿਸ਼ ਕਰੀਏ ਸਾਨੂੰ ਤਾਂ ਲੱਗਾ ਵੀ 4 ਐਪੀਸੋਡਸ ਬੰਦ ਕਰ ਦਿੱਤਾ ਵੀ ਸ਼ਾਇਦ ਕਿਤੇ ਨਾ ਕੋਈ ਘਟਨਾ ਹਲਕੀ ਹਲਕੀ ਵਾਪਰ ਗਈ ਹੋਵੇ ਨਹੀਂ ਮਤਲਬ ਉਸ ਚੀਜ਼ ਨੂੰ ਲੈ ਕੇ ਤੁਸੀਂ ਲਾ ਲਓ ਕਿ ਸਾਨੂੰ ਹੁਣ ਵੀ ਮੈਸੇਜ ਬੜੇ ਕਾਲਸ ਆਉਂਦੀਆਂ ਨੇ ਕਿ ਮਟੀਰੀਅਲ ਕਾਫੀ ਹੋਇਆ ਹੋਇਆ ਹੈ ਕਿ ਤੁਸੀਂ ਹਿੱਟ ਸਿੰਗਰ ਦਾ ਦੂਜਾ ਸੀਜ਼ਨ ਬਣਾਓ ਜੀ ਹਾਂ ਜੀ ਜੇ ਤੁਸੀਂ ਬਣਾਓਗੇ ਫਿਰ ਤੁਸੀਂ ਆਣਾ ਨਹੀਂ ਫਿਰ ਮੈਂ ਕਹਿ ਰਿਹਾ ਲੱਗਦਾ ਨਹੀਂ ਤੁਸੀਂ ਦੱਸ ਨਹੀਂ ਰਹੇ ਕਿਤੇ ਨਾ ਕਿਤੇ ਇੱਕ ਅੱਧਾ ਫੋਨ ਤਾਂ ਆ ਗਿਆ ਹਣਾ ਹਟ ਜਾਓ ਹਟ ਜਾਓ ਕੰਕਾ ਚਲੋ ਮਤਲਬ ਕਿ ਲिटल बिट ਥੋੜੀ ਕੰਟਰੋਵਰਸੀ ਹੋਣੀ ਤਾਂ ਜ਼ਰੂਰੀ ਹੁੰਦੀ ਹੈ ਜੀ ਕਿਸੇ ਨਾ ਕਿਤੇ ਚਲੋ ਕਾਲਸ ਵਗੈਰਾ ਜਾਂ ਮੈਸੇਜ ਵਗੈਰਾ ਤੇ ਆਉਂਦੀ ਆ ਵੀ ਸਾਨੂੰ ਇਦਾਂ ਕਹਿ ਜਾ ਸਾਨੂੰ ਉਦਾਂ ਕਹਿ ਗਿਆ ਪਰ ਪਰਸਨਲੀ ਜਿੱਦਾਂ ਮੇਰਾ ਤਾਂ ਬਿਲਕੁਲ ਵੀ ਉਹ ਜਿਵੇਂ ਕਈ ਜੋ ਜਿੰਨਾਂ ਨੇ ਦੇਖਿਆ ਹੋਣਾ ਜਾਦੀ ਹੋਣਾ ਹਨਾ ਉਹ ਕਿਸੇ ਕਿ ਲੜਕੇ ਆਏ ਵੀ ਪਰਸਨਲੀ ਮੈਨੂੰ ਕਦੇ ਵੀ ਇਸ ਚੀਜ਼ ਨੂੰ ਲੈ ਕੇ ਨਹੀਂ ਕਦੇ ਆਇਆ ਜੀ ਕਿਉਂਕਿ ਬੇਸਿਕਲੀ ਉਦੋਂ ਪਹਿਲਾਂ ਮੈਂ ਐਜ਼ ਏ ਲਿਰਿਕਸ ਟਰਾਈਟਰ ਸੀਗਾ ਜੀ ਮੇਰੇ ਗਾਣੇ ਆਏ ਸੰਗਰਾਮ ਨਾਲ ਅਦੀਂ ਦਾ ਚਰਾਗ ਸ੍ਰੀ ਮੁਹਸੈਨ ਹਨਾ ਜੀ ਤਾਂ ਉਹ ਗਾਣਿਆਂ ਤੋਂ ਬਾਅਦ ਮੈਨੂੰ ਇਹ ਸੀਗਾ ਕਿ ਵੀ ਸ਼ਾਇਦ ਵੀ ਜੋ ਸਿੰਗਿੰਗ ਇੰਡਸਟਰੀ ਹੈ ਨਾ ਜੋ ਸਿੰਗਰ ਨੇ ਪਰਸਨਲੀ ਮੇਰੇ ਪ੍ਰਤੀ ਕੋਈ ਉਹਨਾਂ ਦੀ ਸ਼ਹਿਰ ਭਾਵਨਾ ਨਾਲ ਚੇਂਜ ਹੋ ਜਾਏ ਕਿ ਇਹਨਾਂ ਨੇ ਕਿਦਾਂ ਮਤਲਬ ਕਿ ਸਾਡੇ ਤੇ ਸਟਾਇਰ ਖੜਨ ਦੀ ਕੋਸ਼ਿਸ਼ ਕੀਤੀ ਆ ਪਰ ਅੱਜ ਤੱਕ ਮੈਨੂੰ ਇਹ ਲਾਲੋ ਹੁਣ ਤਾਂ 2 ਸਾਲ ਹੋ ਗਏ ਤਕਰੀਬਨ ਉਸ ਚੀਜ਼ ਨੂੰ ਜੀ ਕਿ ਮੈਨੂੰ ਕਦੇ ਐਵੇਂ ਦਾ ਕੋਈ ਇਨਸੀਡੈਂਟ ਨਹੀਂ ਆਇਆ ਲਾਈਫ ਤੇ ਜਿਹੜਾ ਇਹ ਪੁਖਰਾਜ ਭਾਜੀ ਦਾ Song ਆ ਹੁਣ 8th ਇਹ ਐਪੀਸੋਡ ਦੇ ਵਿੱਚ ਆਇਆ ਇਹ ਪਹਿਲਾਂ ਦਾ ਲਿਖਿਆ ਹੋ ਸਕੇ ਜਾਂ ਅਕੋਰਡਿੰਗ ਟੂ ਸਿਚੂਏਸ਼ਨ ਲਿਖਿਆ ਨਹੀਂ ਨਹੀਂ ਅਸਲ ਵਿੱਚ ਇਹ ਸੀਗਾ ਕਿ ਜਿੰਨਾ ਕ ਮੇਰਾ ਪਰਸਨਲੀ ਜਦੋਂ ਵੀ ਮੇਰੇ ਜਿੰਨੇ ਵੀ ਗਾਣੇ ਆਏ ਨੇ ਤਾਂ ਜੋ ਚਲੋ ਵੀਰ ਨੇ ਕਿਸੇ ਨੇ ਸੁਨੇ ਹੋਣ ਤਾਂ ਉਹ ਜਾਣਦੇ ਹੋਣੇ ਜੀ ਮੇਰਾ ਜਨਰੀ ਥੋੜਾ ਕਮੇਡੀ ਸੀਗਾ ਕਿ ਮੈਂ ਮਸਾਲਾ ਇਲਾਕੇ ਲਿਖਣ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਹ ਕੀ ਕਿ ਤਾਂ ਉਹ ਰੈਬੀ ਕਹਿੰ ਗਿਆ ਵੀ ਇੱਕ ਬੋਲੀਆਂ ਚਾਹੀਦੀ ਨੇ ਹੋਸਟਲ ਤੇ ਵੀ ਇਧਰੋਂ ਮੁੰਡੇ ਹੋਸਟਲ ਤੇ ਬੋਲੀ ਪਾਉਣਗੇ ਤੇ ਸਾਹਮਣੇ ਰਿਪਲਾਈ ਆਊਗਾ ਹੁਣ ਬੋਲੀਆਂ ਦੇ ਵਿੱਚ ਤਾਂ ਇੱਕ ਤਾਂ ਜੇ ਆਪਾਂ ਕਿਹਾ ਜਾਈਏ ਜੋ ਪੰਜਾਬੀ ਲੋਕ ਬੋਲੀ ਆ ਉਹਦਾ ਹੋਰ ਟੈਕਸਚਰ ਆ ਹੋਰ ਚੀਜ਼ਾਂ ਨੇ ਜੇ ਟੱਪੇ ਮਾ ਹਨਾ ਮਾਇਆ ਕਹਿ ਦਈਏ ਪਰ ਜਦੋਂ ਵੀ ਇੱਕ ਹੋਸਟਲ ਦੀ ਛੱਤ ਤੇ ਖੜੀਆਂ ਮੁੰਡੇ ਤੇ ਕੁੜੀਆਂ ਇੱਕ ਦੂਜੇ ਨਾਲ ਬੋਲੀਆਂ ਪਾਉਣਗੀਆਂ ਤਾਂ ਨਾਰਮਲ ਜੀ ਗੱਲ ਆ ਕਿ ਉਹਨਾਂ ਦੇ ਵਿੱਚ ਨਾ ਉਹ ਇੱਕ ਦੂਜੇ ਦੀ ਹੀ ਨੋਕ ਚੋਕ ਨਾ 헤ਠੀ ਜੀ ਕਰਨੀ ਸੋ ਉਹ ਚੀਜ਼ ਜੀ ਕਿ ਫਿਰ ਉਹ ਜੋ ਰੈਬੀ ਨੇ ਕਿਹਾ ਸੀ ਕਾਫੀ ਮਤਲਬ ਰਾਈਟਰ ਨਾਲ ਗੱਲ ਵੀ ਕੀ ਇਸ ਗਾਣੇ ਬਾਰੇ ਵੀ ਇਦਾਂ ਲਿਖਣਾ ਫਿਰ ਉਹ ਚਲੋ ਕੁਝ ਇਹ ਹੁੰਦਾ ਕਿ ਮੈਂ ਜਦੋਂ ਐਜ਼ ਅ ਰਾਈਟਰ ਸਕ੍ਰਿਪਟ ਲਿਖ ਰਿਹਾ ਸੀ ਤਾਂ ਮੈਨੂੰ ਸਿਚੁਏਸ਼ਨ ਜਿਆਦਾ ਪਤਾ ਸੀ ਵੀ ਕਿਵੇਂ ਦਾ ਸੀ ਮਾਹੌਲ ਕ੍ਰੀਏਟ ਕੀਤਾ ਹੋਇਆ ਜਾਂ ਉਸ ਤੋਂ ਪਹਿਲਾਂ ਦਾ ਸੀਨ ਕੀ ਹੈ ਉਸ ਤੋਂ ਬਾਅਦ ਕੀ ਹੋਣਾ ਸੋ ਮਤਲਬ ਮੈਨੂੰ ਜਿਆਦਾ ਦਿੱਕਤ ਨਹੀਂ ਆਈ ਪਰ ਲਿਖਣ ਦੀ ਦਿੱਕਤ ਜ਼ਰੂਰ ਤਾਂ ਹੀ ਕਿਉਂਕਿ ਵੀ 6 ਅੰਤਰੇ ਸੀ ਤੇ ਹਰ ਅੰਤਰ ਦੇ ਵਿੱਚ ਨਵੀਂ ਗੱਲ ਕਰਨੀ ਆ ਤੇ ਵੀ ਉਹ ਉਧਰੋਂ ਉਹਨਾਂ ਦੀ ਵੀ ਇੱਥੀ ਕਰਨੀ ਆ ਤੇ ਜ਼ਰੂਰੀ ਇਹ ਵੀ ਨਹੀਂ ਕਿ ਮੈਂ ਸਿਰਫ ਮੁੰਡੇ ਨੂੰ ਵੱਡਾ ਦਿਖਾਵਾਂ ਤੇ ਕੁੜੀ ਨੂੰ ਨੀਚੇ ਰੱਖਾਂ ਤਾਂ ਮਤਲਬ ਮੇਲਜੋਲ ਰੱਖਿਆ ਮੈਂ ਕਿ ਜੇ ਮੁੰਡਿਆਂ ਦੀ ਵੀ ਬੇਇੱ ਉਹ ਜੀ ਜੋ ਸਟਾਰਟਿੰਗ ਸੀ ਕਹਿੰਦਾ ਹੋ ਕਰਨੀ ਕੀ ਗੱਲ ਤੁਹਾਡੇ ਬੂਜਣਾ ਦੇ ਨਾਲ ਤੁਸੀਂ 4-4 ਵੀਕ ਨਾ ਨਹਾਉਣਿਓ ਮਾਰਦਾ ਮੁਸ਼ਕ ਖੁੱਲੇ ਘਟਰ ਦੇ ਵਾਂਗੂ ਫਿਰ ਡੀਓ ਦੀਆਂ ਸ਼ੀਸ਼ੀਆਂ ਮਕਾਉਣਿਓ ਤੋਂ ਦਿਨਿਤ ਦਿਹ ਰਟਿਨ ਹਰ ਵੇਲੇ ਕੰਟਿਨ ਰਹੁ ਕੁੜੀਆਂ ਦੇ ਪਿੱਛੇ ਨਿਤ ਲਾਉਂਦੇ ਗੇੜੀਆਂ ਪਈ ਅੱਜ ਕਾਲਜ ਚ ਖੁਦ ਨੂੰ ਕਹੋਂਦੇ ਕਿ ਗਿਓ ਕੱਲ ਉਸ ਅੱਗੇ ਤੁਸੀਂ ਲਾਉਣੀਆਂ ਨੇ ਰਹਿਣੀਆਂ ਤੇ ਹੁਣ ਉਧਰੋਂ ਰਿਪਲਾਈ ਵੀ ਚਾਹੀਦਾ ਚਲੋ ਜੀ ਨਾ ਹੋ ਟੱਕੀ ਰੱਟਾ ਕੀ ਰੱਟਾ ਕੀ ਵੱਡੀ ਇਹ ਰਕਾਨੇ ਐਵੇਂ ਮੇਰੇ ਕੋਲੋਂ ਪਰ ਦੇ ਖਲਾਏਂਗੀ ਇੱਕੇ ਅੱਧੀ ਗੱਲ ਮੈਂ ਇੱਥੇ ਉੱਚੀ ਨਹੀਂ ਵੀ ਹੋ ਗਈ ਫਿਰ ਨਾਰੀਵਾਦ ਵਿੱਚ ਲੈ ਕੇ ਆਏਗੀ ਕੀਤਾ ਮੇਕਅਪ ਲੈ ਜੂ ਸਾਰੀ ਗੱਲ ਪੁੱਠੀ ਪੈ ਜੂ ਜੇ ਮੈਂ ਤੁਹਾਡੇ ਸਾਰਿਆਂ ਦੇ ਪਰਦੇ ਫਰੋਲ ਤੇ ਉਹ ਗੱਡੀ ਲੰਘਿਆ ਕਰੂਗੀ ਸਾਡੀ ਰਾਜਿਆਂ ਦੇ ਵਾਂਗੂ ਤੂੰ ਪਰਚੀ ਕਟਿਆ ਕਰੇਗੀ ਜਦੋਂ ਟੋਲ ਤੇ ਇਹ ਕੋਈ ਕੱਟ ਨਹੀਂਦਾ ਨੀ ਪਰਚੀ ਕਿਸੇ ਨੂੰ ਦੱਸ ਲਾ ਮੈਨੂੰ ਇਹੋ ਹੀ ਹੋਚਦਾ ਨਹੀਂ ਨਹੀਂ ਬਾਈ ਫਿਲਹਾਲ ਤਾਂ ਚਲੋ ਬੱਚੇ ਹੋਏ ਜੀ ਬਾਕੀ ਨੀ ਫਿਚਰ ਕੁਛ ਨਹੀਂ ਕੋ ਭਾਜੀ ਦੱਸਦੇ ਸੀ ਕਿ ਸਾਨੂੰ ਰੈਬੀ ਵੀਰ ਆ ਕਹਿੰਦਾ ਵੀ ਜਾਈਏ ਤਾਂ ਹੁਣ ਪਰਚੀ ਟੋਲੇ ਮਾਫ ਹੋ ਜਾਂਦਾ ਹੈ ਕਈ ਵਾਰੀ ਤਾਂ ਮੈਂ ਤਾਂ ਆਈ ਗੱਜਦਾ ਵੀ ਇੱਕ ਗੱਕੜੀ ਜੜਦੀ ਕਹਦੇ ਕਿ ਕਿਤਨਾ ਖੇਦਤਾ ਹੈ ਨਹੀਂ ਮੈਂ ਚਲੋ ਠੀਕ ਹੈ ਜੀ ਜਿੱਦਾਂ ਦਾ ਮਤਲਬ ਕਿ ਵੀ ਜਸ ਫੀਲਡ ਦੇ ਵਿੱਚਾਂ ਇਦਾਂ ਦੀਆਂ ਗੱਲਾਂ ਜਾਂ ਕੰਟਰੋਵਰਸੀ ਹੋਣੀ ਨਾਰਮਲ ਜੀ ਗੱਲ ਪਰ ਵਿਲਾਰ ਪਰਚੇ ਘੱਟਣ ਤੋਂ ਬਚੇ ਹੋਏ ਨਹੀਂ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਮੈਂ ਮਜ਼ਾਕ ਕੀਤਾ ਜਾਂ ਆ ਇਦਾਂ ਦਾ ਜਨਰ ਲਿਖਦਾ ਹਾਂ ਤੇ ਇਹਦਾ ਕੀ ਰੀਜ਼ਨ ਆ ਵੀ ਜਦੋਂ ਪੜਦੇ ਸੀ ਇਦਾਂ ਦੇ ਫਰੈਂਡ ਸਰਕਲ ਸਿਗਾ ਜਾਂ ਕਈ ਵਾਰੀ ਰੱਬ ਵੱਲੋਂ ਹੀ ਹੁੰਦੀ ਹੈ ਇਹ ਚੀਜ਼ ਨਹੀਂ ਅਸਲ ਵਿੱਚ ਨਾ ਦੇਖੋ ਜੀ ਚਲੋ ਇੱਕ ਇਹ ਸੀਗਾ ਕਿ ਜਦ ਇੱਕ ਨਾ ਬੀਐਡ ਦੇ ਵਿੱਚ ਸਬਜੈਕਟ ਹੁੰਦਾ ਜੀ ਮੇਰੇ ਚੇਤੇ ਨਿਕਲ ਗਿਆ ਹੁਣ ਜਦੋਂ ਬੀਐਡ ਕਰਦੇ ਸੀ ਨਾ ਉਹਦੇ ਵਿੱਚ ਹਾਂ ਸਾਈਕੋ ਦੇ ਵਿੱਚ ਸਾਈਕੋ ਦੇ ਵਿੱਚ ਇੱਕ ਕਿਸੇ ਦਾ ਵਿਚਾਰ ਹੋ ਸੀਗਾ ਮਤਲਬ ਕੋਟ ਸੀਗਾ ਕਿਸੇ ਰਾਈਟਰ ਦਾ ਤੇ ਉਹਨੇ ਲਿਖਿਆ ਸੀ ਕਹਿੰਦਾ ਵੀ ਜੋ ਬੰਦੇ ਆਪਣੇ ਆਪ ਨੂੰ ਸਮਾਜ ਦੇ ਨਾਲੋਂ ਹੀਣ ਮਹਿਸੂਸ ਕਰਦੇ ਨੇ ਕਿ ਅਸੀਂ ਕਿਸੇ ਤੋਂ ਘੱਟ ਆ ਤਾਂ ਕਲਾਕਾਰਵੇਂ ਸ਼ੋਹੀ ਬਣਦਾ ਤਾਂ ਮਤਲਬ ਕਿਤੇ ਨਾ ਕਿਤੇ ਜਿਵੇਂ ਪਰਸਨਲੀ ਆਖਾਂ ਮੇਰੀ ਪਲੱਸ 2 ਤੱਕ ਹਾਈਟ ਮੇਰੀ ਹੁਣ ਵੀ ਜ਼ਿਆਦਾ ਨਹੀਂ ਬਟ ਉਦੋਂ ਥੋੜਾ ਜ਼ਿਆਦਾ ਛੋਟਾ ਹੁੰਦਾ ਸੀ ਮਤਲਬ ਕਿ ਸਕੂਲ ਦੇ ਟੀਚਰਾਂ ਵੱਲੋਂ ਮੇਮਣਾ ਜਾਂ ਕਹਿ ਦੇਣਾ ਹਨਾ ਕਿ ਇਹ ਤਾਂ ਮਤਲਬ ਕਿ ਵਿਠਕ ਜਿੱਡਾ ਇਹ ਤਾਂ ਇਦਾਂ ਮਤਲਬ ਕਿਤੇ ਨਾ ਕਿਤੇ ਵੀ ਪਰਸਨਲੀ ਮੇਰੇ ਅੰਦਰ ਚੱਲਦੀ ਸੀ ਗੱਲ ਕਿ ਸ਼ਾਇਦ ਮੈਂ ਸਮਾਜ ਨਾਲੋਂ ਘੱਟਾਂ ਤਾਂ ਉਹ ਘੱਟ ਦੇ ਵਿੱਚੋਂ ਸ਼ਾਇਦ ਕਹਿ ਸਕਦੇ ਹਾਂ ਚਲੋ ਕਲਾਕਾਰ ਦੇ ਮਤਲਬ ਕਿ ਬਹੁਤ ਲੰਬੇ ਨੇ ਬਹੁਤ ਲਮੇਰੇ ਨੇ ਪਰ ਫਿਰ ਵੀ ਜਿੰਨੇ ਕੁ ਜੋਗੇ ਹੈਗੇ ਆ 10 ਸਾਲ ਹੋ ਗਏ 2010 ਤੋਂ ਮੈਂ ਸੁੱਕੀ ਪਾਤਣਾ ਸਰ ਨੇ ਉਹਨਾਂ ਨਾਲ ਥੀਏਟਰ ਕਰਦਾ ਆ ਰਿਹਾ ਫਿਰ ਥੀਏਟਰ ਦੇ ਵਿੱਚੋਂ ਹੀ ਥੋੜਾ ਜਿਹਾ ਇਹ ਸੀਗਾ ਕਿ ਮੈਨੂੰ ਸਕਿੱਟਰ ਦੇ ਵਿੱਚ ਹੀ ਰਹਿਣਾ ਉਹਨਾਂ ਨੇ ਜਿਆਦਾ ਹਰ ਵਾਰ ਮਰ ਕੋਈ ਕਾਮੇਡੀਨ ਕਰੈਕਟਰ ਹੀ ਦੇਣਾ ਰੋ ਕਮੇਡੀ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਐਜ਼ ਅ ਰਾਈਟਰ ਤਾਂ ਉਹ ਕਮੇਡੀ ਮੇਰੀ ਸ਼ਾਇਦ ਵੀ ਉਹ ਮੇਰੀ ਲੇਖਣੀ ਚ ਵੀ ਆ ਗਈ ਵੀ ਫਿਰ ਉਹ ਜਦੋਂ ਗਾਣੇ ਲਿਖਨੇ ਤਾਂ ਉਹ ਗਾਣੇ ਦੇ ਵਿੱਚ ਵੀ ਜਿਵੇਂ ਉਹ ਆ ਲੈ ਕੇ ਦੇ ਦੋ ਕਦੇ ਉਹ ਲੈ ਕੇ ਦੇ ਦੋ ਵਾਲਾ ਦੀਨ ਦਾ ਬਣਾ ਲਿਆ ਚਰਾਗ ਨੇ ਢੇ ਨੇ ਫਿਰ ਮੇਰਾ ਗਾਣਾ ਆਇਆ ਸੀਗਾ ਕਹਿੰਦਾ ਜਿਉਂਦੇ ਜਿਨੀ ਹੋਣ ਦੇਣਾ ਕਿਸੇ ਹੋਰ ਦੀ ਤੈਨੂੰ ਮਰੇ ਬਾਦ ਬਣ ਕੇ ਪ੍ਰੇਤ ਚਿੰਬਣੂ ਮਤਲਬ ਫਿਰ ਉਹ ਐਂਬੂਲੈਂਸ ਆਇਆ ਸੀਗਾ ਕਿ ਉਹ ਉਹਨ ਸੱਚ ਤੇ ਨਿਕਲ ਕੇ ਆਲਾ ਮਤਲਬ ਜਿੱਦਾਂ ਦੇ ਐਵੇਂ ਦੇ ਜਿੰਨੇ ਵੀ ਗਾਣੇ ਆਏ ਜੀ ਪਰ ਮੈਨੂੰ ਇਹ ਹੁੰਦਾ ਸੀਗਾ ਕਿ ਗਾਣਾ ਸੁਣ ਗਾਣਾ ਜੋ ਇੱਕ ਐਂਟਰਟੇਨਮੈਂਟ ਆ ਸੈਡ Song ਨੂੰ ਲੋਕ ਸੈਡ ਸੁਣ ਕੇ ਸੈਡ ਹੋ ਸਕਦੇ ਨੇ ਜਾਂ ਦਿਲ ਨੂੰ ਥੋੜਾ ਮੋੜਾ ਤਸੱਲੀ ਮਿਲ ਸਕਦੀ ਆ ਬਟ ਜੋ ਪਰਸਨਲੀ ਮੇਰੇ ਰਾਏ ਮੇਰਾ ਹੈ ਕਿ ਇੱਕ ਜਿਹੜਾ ਗਾਣਾ ਉਹ ਐਂਟਰਟੇਨਮੈਂਟ ਵਾਸਤੇ ਨੂੰ ਐਂਟਰਟੇਨਮੈਂਟ ਵਾਸਤੇ ਲਿਆ ਜਾਵੇ ਤਾਂ ਮੈਨੂੰ ਇਹ ਹੁੰਦਾ ਸੀ ਕਿ ਗਾਣਾ ਮੇਰਾ ਸੁਣਨ ਤੋਂ ਬਾਅਦ ਤਾਂ ਹਲਕੀ ਸਮਾਈਲ ਆਵੇ ਚਿਹਰੇ ਤੇ ਕਿ ਰਾਈਟਰ ਕੀ ਲਿਖ ਰਿਹਾ ਸਿੰਗਰ ਕੀ ਗਾ ਰਿਹਾ ਜੀ ਤੇ ਐਕਟਿੰਗ ਵਾਲੇ ਕੀੜੇ ਵੀ ਹੌਲੀ ਹੌਲੀ ਕੱਢਦੇ ਵੇ ਨਾ ਹਾਂਜੀ ਹਾਂ ਮਤਲਬ ਕਿ ਦੇਖੋ ਪਰਸਨਲੀ ਇਹ ਆ ਕਿ ਉਸਤਾਦ ਤੋਂ ਬਹੁਤ ਖੁੱਚਾਂ ਕਟਵਾਈਆਂ ਹੋਈਆਂ ਨੇ ਹਨਾ ਜੀ ਤਾਂ ਮਤਲਬ ਕਿਤੇ ਨਾ ਕਿਤੇ ਜਿੱਥੇ ਟਾਈਮ ਲੱਗਦਾ ਜੇ ਅਸੀਂ ਹਿੱਟ ਸਿੰਗਰ ਕੀਤੀ ਮੈਂ ਕਿਸੀ ਗੱਲ ਦਾ ਕੈਰੇਕਟਰ ਕੀਤਾ ਫਿਰ ਜਦੋਂ ਮੈਂ ਬਾਈਜੇ ਕਿਹੜੀ ਸੈਕੰਡ ਸੀਜ਼ਨ ਕੀਤਾ ਫਿਰ ਸੇ ਫਰਸਟ ਸੀਜ਼ਨ 'ਚ ਵੀ ਸੀਗਾ ਤਾਂ ਬ੍ਰਿਜੇਸ਼ ਦਾ ਕੈਰੇਕਟਰ ਆਇਆ ਹਨਾ ਇਹ ਪੀਐਨ ਦਾ ਤਾਂ ਇੱਕ ਮੇਰੀ ਮੇਰੇ ਵਾਸਤੇ ਸਭ ਤੋਂ ਵੱਡੀ ਦਿੱਕਤ ਇਹ ਸੀਗੀ ਕਿ ਇੱਕ ਤੁਸੀਂ ਪੰਜਾਬੀ ਖਿੱਤੇ ਚੋਂ ਬਾਕੀ ਉਹ ਵੀ ਖਾਸ ਕਰਕੇ ਮੈਂ ਮਲਵਈਆ ਹਨਾ ਜੀ ਤਾਂ ਮਾਲਵੇ ਦੇ ਵਿੱਚੋਂ ਕਿ ਤੁਹਾਨੂੰ ਹਿੰਦੀ ਟੱਚ ਦੇਣਾ ਹਿੰਦੀ ਬੋਲਣਾ ਬਹੁਤ ਔਖੀ ਗੱਲ ਆ ਬਟ ਜਿੰਨਾ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਪਰਸਨਲੀ ਲੋਕ ਨਹੀਂ ਪਛਾਣਦੇ ਫਿਰ ਇਸ ਦੇ ਤੌਰ ਤੇ ਕਿਉਂਕਿ ਮੈਨੂੰ ਇਹ ਸੀ ਕਿ ਉਹ ਪੰਜਾਬੀ ਦੀ ਕਹਾਵਤ ਆ ਕਿ ਜੇ ਰੋਣਾ ਨਾ ਆਵੇ ਤਾਂ ਰੋਣ ਵਰਗਾ ਮੂੰਹ ਕਰ ਲਓ ਤਾਂ ਮੈਨੂੰ ਇਹ ਸੀਗਾ ਕਿ ਜੇ ਮੈਂ ਹਿੰਦੀ ਨਹੀਂ ਬੋਲ ਸਕਦਾ ਹਿੰਦੀ ਵਰਗਾ ਬਣ ਜਾ ਸੋ ਮੈਂ ਉਹਦੇ ਵਾਸਤੇ ਜੀ ਸ਼ੇਵ ਕਰਾਈ ਥੋੜਾ ਜਿਹਾ ਫੈਟ ਚੜਾਈ ਚਿਹਰੇ ਤੇ ਫਿਰ ਮੈਂ ਵਾਲ ਵੀ ਕਟੀਆਂ ਮਤਲਬ ਕਿ ਮੈਨੂੰ ਪਰਸਨਲੀ ਵੀ ਨਹੀਂ ਲੋਕ ਪਛਾਣਦੇ ਕਿ ਯਾਰ ਸ਼ਾਇਦ ਇਹੀ ਬਰਜੇਸ਼ ਬਣ ਰਿਹਾ ਤੇ ਇਹੀ ਮਤਲਬ ਕਿ ਰਾਈਟਰ ਹੈ ਉਹਦਾ ਜੋ ਤੁਸੀਂ ਲਿਖਦੇ ਆ ਰੈਬੀ ਬਾਈ ਨੂੰ ਪਸੰਦ ਆ ਜਾਂਦਾ ਜਲਦੀ ਕਿ ਨਹੀਂ ਨਹੀਂ ਇਦਾਂ ਕੁਝ ਹੈ ਨਹੀਂ ਦੇਖੋ ਗੱਲ ਇਹ ਆ ਜੀ ਕਿ ਸ਼ੁਰੂਆਤ ਦੇ ਵਿੱਚ ਸਾਨੂੰ ਕਾਫੀ ਦਿੱਕਤ ਆਈ ਸੀ ਵੀ ਉਹ ਰੈਬੀ ਦੇ ਨਾਲ ਟੋਨ ਸੈੱਟ ਹੋਣ ਦੀ ਕਿਉਂਕਿ ਵੀ ਮੈਂ ਇੱਕ ਸਟੇਜੀ ਰਾਈਟਰ ਸੀ ਮੈਂ ਜਿੰਨਾ ਉਸ ਤੋਂ ਪਹਿਲਾਂ ਲਿਖਦਾ ਸੀਗਾ ਜੀ ਸਕਿੱਟਾਂ ਲਿਖਦਾ ਸੀ ਨੁਕੜਨਾਟਕ ਲਿਖਦਾ ਸੀ ਉਹ ਮੈਂ ਯੂਥ ਫੈਸਟੀਵਲ ਨੂੰ ਦੇਖ ਕੇ ਲਿਖਦਾ ਸੀ ਫਿਰ ਜਦੋਂ ਯੂਥ ਯੂਥ ਫੈਸਟੀਵਲ ਤੋਂ ਬਾਅਦ ਚਾਹੀਦੀ ਉਹ ਐਜ਼ ਅ ਐਕਟਰ ਲਾ ਲੋ ਚਾਹੇ ਐਜ਼ ਅ ਰਾਈਟਰ ਲਾ ਲੋ ਜੇ ਤੁਸੀਂ মিডিਆ ਚ ਆਉਂਗੇ ਤੁਹਾਨੂੰ ਦਿੱਕਤ ਜਰੂਰ ਆਊਗੀ ਯੂਥ ਫੈਸਟੀਵਲ ਦੇ ਵਿੱਚ ਜਿੰਨਾ ਹੁੰਦਾ ਸੀ ਮੇਰਾ ਮੈਂ ਬੇਸਿਕਲੀ ਸਟਾਰ ਲਿਖ ਕੇ ਰਾ ਜੀਆਂ ਕਿ ਜਿੰਨੇ ਟੇਡੇ ਤਰੀਕੇ ਨਾਲ ਗੱਲ ਕਹਿ ਦੇਣੀ ਕਿ ਕਿਸੇ ਤੇ ਲਾ ਕੇ ਗੱਲ ਕਹਿਣੀ ਫਿਰ ਜਦੋਂ ਮੈਂ মিডিਆ ਲਾਈਨ 'ਚ ਆਇਆ ਤਾਂ ਫਿਰ ਸਟਾਰਟਿੰਗ ਦੇ ਵਿੱਚ ਸਭ ਤੋਂ ਜਿਹੜਾ ਸਭ ਤੋਂ ਮੈਨੂੰ ਲੱਗਦਾ ਕਿ ਉਹ हुंदा मी अ ਉਨਾਂ ਨੇ ਮੈਨੂੰ ਦੱਸਿਆ ਨਾ ਵੀ ਰੈਬੀ ਬਾਈ ਨੇ ਕਿ ਵੀ ਆ ਕਿਤਾਬ ਪੜੋ ਆ ਏਦਾਂ ਹੁੰਦਾ ਆ ਚੀਜ਼ ਐਦਾਂ ਹੁੰਦੀ ਆ ਕਿ ਜਿੰਨੀ ਕਿ ਨੌਲੇਜ ਸ਼ਾਇਦ ਮੈਂ ਨਹੀਂ ਕਿਤੋਂ ਮੈਨੂੰ ਹੋਰ ਮਿਲ ਸਕਣੀ ਸੀ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸੋਹਣੇ ਰਾਈਟਰ ਲਿਖਣ ਵਾਲੇ ਬੈਠੇ ਨੇ ਬਹੁਤ ਚੀਜ਼ਾਂ ਪਤਾ ਨੇ ਪਰ ਕੁਝ ਨਾ ਉਹ ਤੋਂ ਪਰਾਂ ਦੀਆਂ ਚੀਜ਼ਾਂ ਨੇ ਲਿਖਣ ਵਾਲੀਆਂ ਕਿ ਜਿਹੜੀਆਂ ਸੱਚਾ ਸਾਨੂੰ ਪਤਾ ਹੋਣੇ ਚਾਹੀਦੀਆਂ ਨੇ ਹਾਲਾਂਕਿ ਅਸੀਂ ਪ੍ਰੂਵ ਉਹਦੀ ਕਰ ਪਾਉਂਗਾ ਮੈਂ ਜਦੋਂ ਮੈਂ ਉਹ ਚੀਜ਼ਾਂ ਲੋਕਾਂ ਸਾਹਮਣੇ ਇੰਪਲੀਮੈਂਟ ਕਰਤੀ ਮੇਰੀ ਕਿਸੇ ਫਿਲਮ ਮੂਵੀ ਚ ਆ ਗਈਆਂ ਪਰ ਐਂ ਕਿ ਜਿੰਨਾ ਕਿ ਰੈਬੀ ਨਾਲ ਹੁਣ ਦੇ ਹਿਸਾਬ ਨਾਲ ਕਹੇ ਵੀ ਹੁ ਵੀ ਮਤਲਬ ਚਾਹੁੰਦਾ ਕਿ ਆ ਤਾਂ ਇਹ ਲਾ ਲੋ ਕਿ ਵੀ ਜਿਵੇਂ ਪਹਿਲਾਂ 15 ਚੋਂ ਇੱਕ ਪਸੰਦ ਹੁੰਦੀ ਸੀ ਹੁਣ ਇਹ ਹੁੰਦਾ ਕਿ 15 ਚੋਂ 10 ਪਸੰਦ ਆ ਜਾਂਦੀਆਂ ਜੀ 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 ਲਾਸਟ ਵਾਈ ਜੀ ਪੁੱਛਣਾ ਚਾਹੁੰਦਾ ਵੀ ਇਹਦੇ ਨਾਲ ਨਾਲ ਹੋਰ ਕੀ ਕੀ ਚੱਲ ਰਿਹਾ ਹੈ ਨਾਲ ਨਾਲ ਜੀ ਫਿਲਹਾਲ ਦੇਖੋ ਪਹਿਲਾਂ ਮੈਂ ਵੈਸੇ ਦੱਸ ਦਿੰਦਾ ਹੁੰਦਾ ਸੀ ਫਿਰ ਕਹਿੰਦੇ ਵੀ ਸਰਪ੍ਰਾਈਜ਼ ਹੀ ਰੱਖਣੇ ਜ਼ਰੂਰੀ ਹੁੰਦੇ ਨੇ ਵੀ ਨਾਲ ਨਾਲ ਜੀ ਇੱਕ ਤਾਂ ਜੀ ਬਾਈ ਆਪਣਾ ਪਟਾਰਾ ਵਾਲੇ ਨਾਲ ਵੈਬ ਸੀਰੀ ਸੀ ਤੇ ਮੇਰੀ ਗੱਲ ਚੱਲ ਜਿੰਦੀ ਹੈ ਜੀ ਤੇ ਇੱਕ ਚੱਲ ਰਹੀ ਹੈ ਜੀ ਮੈਕਸ ਪਲੇਅਰ ਨਾਲ ਮਤਲਬ ਕਿ ਦੋ ਵੈਬ ਸੀਰੀਆਂ ਹੋਪਸ ਹੋ ਮਤਲਬ ਕਿ ਇਹਨਾਂ ਫਿਚਰ ਕੇ ਮਤਲਬ ਉਹ ਵੀ ਮੇਰਾ ਪਰ ਕੁਝ ਜੋ ਵੀ ਕਰਨਾ ਤਾਂ ਐਕਸਟਰਾ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਤੋਂ ਮੈਂ ਜੀ ਤੇ ਭਾਜੀ ਬਹੁਤ ਚੰਗਾ ਲੱਗਾ ਤੁਹਾਨੂੰ ਨਾਲ ਗੱਲਬਾਤ ਕਰਕੇ ਐਂਡ ਬੈਸਟ ਆਫ ਲੱਕ ਬਹੁਤ ਖੁਸ਼ੀ ਹੁੰਦੀ ਹੈ ਵੀ ਜਦੋਂ ਕੋਈ ਬੰਦਾ ਮਿਹਨਤ ਕਰਕੇ ਅੱਗੇ ਆਉਂਦਾ ਜੀ ਵੈਸੇ ਤਾਂ ਸਾਰੇ ਮਿਹਨਤ ਕਰਕੇ ਆਉਂਦੇ ਆ ਬਟ ਕਈਆਂ ਦਾ ਤੁੱਕਾ ਵੀ ਲੱਗ ਜਾਂਦਾ ਬਟ ਆਪਾਂ ਤੁਸੀਂ ਉਹ ਚਿਹਰੇ ਆ ਜਿਨ੍ਹਾਂ ਨੇ ਉਹ ਕਹਿੰਦੇ ਨਾ ਵੀ ਕਰ ਮਿਹਨਤ ਆ ਕੇ ਆਏ ਆ ਕੋਈ ਤੁੱਕਾ ਨਹੀਂ ਲਾਇਆ ਤੇ ਬਹੁਤ ਖੁਸ਼ੀ ਹੁੰਦੀ ਹੈ ਇਦਾਂ ਹੀ ਤੁਸੀਂ ਲੱਗੇ ਰਹੋ ਬੈਸਟ ਆਫ ਲੱਕ ਤੇ ਬਹੁਤ ਚੰਗਾ ਲੱਗਾ ਤੁਹਾਨੂੰ ਥੈਂਕ ਯੂ ਵੀਰੇ ਬਾਕੀ ਪੰਜਾਬੀ ਟੇਸਨ ਵਾਲਿਆਂ ਨੂੰ ਵੱਲੋਂ ਚੈਨਲ ਜ਼ਰੂਰ ਸਬਸ ਦੀ ਗੱਲ ਲੱਗੀ ਤਾਂ ਚੰਗੀ ਮੰਨ ਲੈਣੀ ਮਾੜੀ ਲੱਗੀ ਤਾਂ ਤੁਸੀਂ ਬਾਈ ਇਗਨੋਰ ਕਰ ਸਕਦੇ ਬਿਲਕੁਲ ਜੀ ਥੈਂਕ ਯੂ ਸਾਰੂ ਬਾਬਾ ਜੀ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਪੰਜਾਬ ਬ੍ਰਿਟਿਸ਼ਨ